ਟੈਨਸ਼ਨਾਂ ਹੱਲ ਹੋ ਜਾਣਗੀਆਂ। ਕਿਉਂ? ਇਸ ਮਹੀਨੇ ਤੇਰੀ ਮੰਮੀ ਨੇ ਕਮੇਟੀ ਚੱਕ ਲਈ ਵੀ ਜਿਹੜੀ ਚੱਕ ਕੇ ਆਪਾਂ ਨੂੰ ਸਾਰਾ ਦਾਨ ਕਰ ਦੂ। ਕੀ ਆ ਜੀ, ਤੁਸੀਂ ਤਾਂ ਹਮੇਸ਼ਾ ਮੇਰੀ ਮੰਮੀ ਦੇ ਮਗਰ ਹੀ ਪਏ ਰਹਿੰਦੇ ਹੋ। ਦਰਅਸਲ ਮੈਂ ਤਾਂ ਨਾ ਇੱਕ ਜੋਸ਼ੀ ਕੋਲੇ ਗਈ ਸੀ, ਉਹ ਮੈਨੂੰ ਕਹਿੰਦਾ ਕਿ ਤੁਸੀਂ ਕੁੱਤੇ ਨੂੰ ਰੋਟੀ ਤੇ ਦੁੱਧ ਪਾਇਆ ਕਰੋ ਤੇ ਜਿਹੜੇ ਛੱਤ ਤੇ ਪੰਛੀ ਨੇ ਉਹਨਾਂ ਨੂੰ ਦਾਣੇ ਤੇ ਪਾਣੀ ਪਾਇਆ ਕਰੋ ਤਾਂ ਤੁਹਾਡੇ ਸਾਰੇ ਗ੍ਰਹਿ ਠੰਡੇ ਹੋ ਜਾਣਗੇ। ਉਹ ਭਗਵਾਨੇ, ਇਹ ਜਿਹੜੇ ਪੁੰਨ ਦੇ ਕੰਮ ਸਾਨੂੰ ਗ੍ਰਹਿ ਸ਼ਾਂਤ ਕਰਨ ਲਈ ਨਹੀਂ ਬਲਕਿ ਆਪਣੇ ਮਨ ਦੀ ਤਸੱਲੀ ਲਈ ਕਰਨੇ ਚਾਹੀਦੇ ਆ। ਹੁਣ ਇਸ ਰੁੱਤੇ ਹੀ ਦੇਖ ਲਾ ਹੈ, ਅਸਮਾਨ 'ਚ ਕਿੰਨੇ ਪੰਛੀ ਉੱਡਦੇ ਨੇ ਅਤੇ ਉੱਧਰੋਂ ਪਤੰਗ ਡੋਰਾਂ ਚੱਲਦੀਆਂ ਨੇ। ਵਿਚਾਰੇ ਬੇਜਵਾਨ ਮਾਸੂਮ ਜਿਹੇ ਪੰਛੀ ਡੋਰਾਂ ਦੀ ਲਪੇਟ ਚੱਕ ਕੇ ਕਿੰਨੇ ਜ਼ਖਮੀ ਹੁੰਦੇ ਨੇ, ਹੈ ਨਾ? ਤਾਂ ਆਪਾਂ ਨੂੰ ਇਹਨਾਂ ਨੂੰ ਬਚਾਉਣਾ ਚਾਹੀਦਾ। ਲੈ ਹੋਰ, ਅੱਜ ਕੱਲ੍ਹ ਦੀਆਂ ਡੋਰਾਂ ਤਾਂ ਹੁੰਦੀਆਂ ਹੀ ਬੜੀਆਂ ਖਤਰਨਾਕ ਨੇ। ਆਹੀ ਤਾਂ ਗੱਲ ਹੈ। ਅਤੇ ਰਹੀ ਗੱਲ ਕੁੱਤੇ ਨੂੰ ਰੋਟੀ ਪਾਉਣ ਦੀ, ਉਹ ਪਾਉਣੀ ਚਾਹੀਦੀ ਹੈ। ਰੋਟੀ ਅਤੇ ਦੁੱਧ ਉਹਨਾਂ ਨੂੰ ਪਾਉਣਾ ਬੜਾ ਜ਼ਰੂਰੀ ਹੈ। ਇਸ ਕਰਕੇ ਨਹੀਂ ਕਿ ਸਾਡੀਆਂ ਮੁਸੀਬਤਾਂ ਟਲਣਗੀਆਂ, ਇਸ ਕਰਕੇ ਕਿ ਉਹ ਵਿਚਾਰੇ ਦਰਵੇਸ਼ ਸਾਰੀ ਰਾਤ ਸਾਡੇ ਘਰਾਂ ਦੀ ਰਾਖੀ ਕਰਦੇ ਨੇ। ਆਹ ਬਾਹਰ ਕੁੱਤਾ ਭੌਂਕਦਾ, ਉਹਨੂੰ ਭੁੱਖ ਲੱਗੀ ਹੋਣੀ ਹੈ, ਜਾ ਕੇ ਤੂੰ ਰੋਟੀ ਪਾ ਕੇ ਆ। ਰਸਤੇ ਚ ਜਦੋਂ ਮੈਂ ਆਉਂਦਾ ਸੀ ਨਾ ਤੁਹਾਡੇ ਘਰ ਵੱਲ ਨੂੰ, ਤਾਂ ਇੱਕ ਰਸਤੇ ਚ ਛੋਟਾ ਜਿਹਾ ਕਤੂਰਾ ਭੌਂਕਦਾ ਸੀਗਾ। ਅੱਛਾ, ਉਹ ਬੇਜੋਟਾ ਕੁੱਤੇ ਨੂੰ ਨਾ ਮੈਂ ਦੇਖਿਆ ਪਿੱਛੋਂ ਇੱਕ ਉਦੋਂ ਥੋੜਾ ਜਿਹਾ ਵੱਡਾ ਸਾਡਾ ਆ ਗਿਆ। ਮੈਂ ਫੇਰ ਦੇਖਿਆ ਫੇਰ ਪਿੱਛੋਂ ਵੱਡਾ ਇੱਕ ਹੋਰ ਕੁੱਤਾ ਆ ਗਿਆ। ਉਹ ਲੜ ਪਏ। ਅੱਛਾ, ਮੈਂ ਉਹਨਾਂ ਨੂੰ ਨਾ ਛਡਾਉਣ ਲੱਗ ਗਿਆ, ਕੁੱਤਿਆਂ ਨੂੰ ਛਡਾਉਣ ਲੱਗ ਗਿਆ। ਮੈਂ ਕਿਹਾ ਚਲੋ ਪੁੰਨ ਲੱਗੂ, ਅਗਲੇ ਜਨਮ ਚ ਧਰਮ ਰਾਜ ਵੀ ਪੁੱਛ ਲੈਂਦਾ। ਅੱਛਾ ਅੱਛਾ, ਮੈਂ ਛਡਾ ਉਹਨਾਂ ਨੇ ਆਪਸ ਵਿੱਚ ਤਾਂ ਆਏ ਸਾਰੇ ਹਟ ਗਏ ਤੇ ਮੈਨੂੰ ਪੈ ਗਏ ਤੇਰਾ ਮਾਮਾ। ਓ ਮਾਮਾ, ਤੂੰ ਕਾਹਨੂੰ ਆਏ ਉਹਨਾਂ ਦੀ ਕੁੱਤਿਆਂ ਦੀ ਲੜਾਈ ਚ ਪੈਣਾ ਸੀ? ਓਏ, ਅੱਜ ਕੱਲ ਤਾਂ ਬੰਦਿਆਂ ਦੀ ਲੜਾਈ ਚ ਨਹੀਂ ਪੈਣਾ ਚਾਹੀਦਾ, ਤੂੰ ਫੇਰ ਕੁੱਤਿਆਂ ਦੀ ਲੜਾਈ ਚ ਪੈ ਗਿਆ ਹੈ। ਪਰ ਇੱਕ ਗੱਲ ਆ ਭਾਣੀਆ, ਇੱਕ ਗੱਲ ਮੈਨੂੰ ਮਹਿਸੂਸ ਹੋਣ ਲੱਗ ਗਈ ਜਦ ਦਾ ਮੈਨੂੰ ਕੁੱਤੇ ਨੇ ਵੱਢਿਆ। ਮੈਨੂੰ ਇੱਦਾਂ ਲੱਗਦਾ ਕਿ ਮੈਂ ਵੀ ਕੁੱਤੇ ਵਾਂਗੂ ਵਫ਼ਾਦਾਰ ਜਿਹਾ ਹੋ ਗਿਆ। ਬਿਲਕੁਲ ਸਹੀ ਕਿਹਾ ਤੁਸੀਂ ਮਾਮਾ ਜੀ, ਬਿਲਕੁਲ ਸਹੀ ਕਿਹਾ। ਅੱਜ ਦਾ ਇਨਸਾਨ ਕੁੱਤਾ ਥੋੜ੍ਹੀ ਹੈ ਜੋ ਵਫ਼ਾਦਾਰ ਹੋਊਗਾ। ਅੱਜ ਦਾ ਇਨਸਾਨ ਤਾਂ ਮਤਲਬ ਹੀ ਹੈ, ਜਿਹਦੇ ਨਾਲ ਜਿੰਨਾ ਮਤਲਬ ਉਹਦਾ ਓਡਾ ਹੀ ਵੱਡਾ ਯਾਰ ਹੋਊਗਾ। ਹਾਂ, ਬਿਲਕੁਲ ਸਹੀ ਕਿਹਾ, ਬਿਲਕੁਲ ਸਹੀ ਕਿਹਾ ਪੁੱਤ।